तनासरी महला पहला कर दूजा अष्टपदियां एक ओंकार सदगुर प्रसाद गुर सागर रतनी पर पूरे अमृत संत चुभे नहीं दूरे गुर सागर रतनी पर पूरे अमृत संत चुभे नहीं दूरे हर रस चोग चुभे प्रभु पावे सरवर में हंस प्राण पत पावे क्या बग बपुड़ा छपड़ी नाए कीचड़ डूबे मैल न जाए रहाओ रख रख चरण तरे विचारी दुबिदा छोड़ परे निरंकारी मुक्त पदार्थ हर रस चाखे आवन जान रहे गुर आके सरवर हंसा छोड़ न जाए प्रेम भगत कर सहज समाए सरवर में हंस हंस में सागर अकत कथा गुर बचनी आदर सुन मंडल एक जोगी वैसे नार न पुरख कहो को कैसे त्रिपाण ज्योति रहे निवलाई सुर नर नाथ सचे शरणाई आनंद मूल अनाथ अधारी गुरुमुख भगत सहज बिचारी भगत वचन ऐसा प्रणहारे हो मैं मार मिले भगतारे अनेक जतन कर काल संताए मरण लिखाए मंडल में आए जन्म पदार्थ दुबदा खोवे आप न चीनस प्रम प्रम रोवे कह तो पढ़ तो सुन तो एक तीरज धर्म तरणी तर टेक जत सत संजम हृदय समाए चौथे पद को जे मन पतियाए साचे निर्मल मैल न लागे गुर के शब्द परम पौ पागे सूरत मूरत आदि अनूप नानक जाचे साच स्वरूप सूरत मूरत आदि अनूप नानक जाचे साच स्वरूप वाहिगुरु जी का खालसा वाहिगुरु जी की फतेह सत श्री अकाल संतन साहिब श्री गुरु ग्रंथ साहिब जी पाव पवित्र जिले में सुरभागी साहब संघ जी फतेह गवानी बखनी वाहिगुरु जी का खालसा वाहिगुरु जी की फतेह मैं तान दीवान तो है मेरे स्वामी मैं तुझे अरदास मैं और भावनाएं जिस पे करूं विनती मेरा दुख सुख तुझे पास साहिब श्री गुरु ग्रंथ साहिब जी पाव बाणी दा आसरा लैंदे कुछ एक परिवार अरदासा बेनती सरदार रणजीत सिंह के दुखा की निवृत्ति लई सरदार बरिंदर सिंह सुख शांति समत की बख्शिश लई सरदार बरिंदर सिंह के दुखा की निवृत्ति लई बच्ची शहीद कौर के दुखा की निवृत्ति लई माए जी परिवार की सुख शांति लई
ਵਸਿੱਖ ਪਰਿਵਾਰ ਨੂੰ ਪਰਿਵਾਰ ਦੀ ਸੁੱਖ ਸ਼ਾਂਤੀ ਅਤੇ ਬੱਚਿਆਂ ਨੂੰ ਸਮਾਧੀ ਬਖਸ਼ਿਸ਼ ਲਈ ਅਰਦਾਸ ਬੇਨਤੀ ਕਰਾਉਂਦੇ ਕੜਾਹ ਪ੍ਰਸ਼ਾਦ ਦੀ ਦੇਖ ਲਈ ਮਾਇਆ ਭੇਟਾ ਕਰਦੇ ਹਨ। ਸਤਿਗੁਰ ਤੇਰਾ ਭੇਟਾ ਕੀਤੀ ਮਾਇਆ ਆਪਣੇ ਦਰ ਤੇ ਪ੍ਰਵਾਨ ਕਰਨ ਨਾਮ ਦਾਨ ਗੁਰਸਿੱਖੀ ਵਾਲਾ ਜੀਵਨ ਬਖਸ਼ਿਸ਼ ਕਰਨ ਸਿੱਖ ਧਰਮ ਦੇ ਬਾਣੀ ਕਲਯੁਗ ਦੇ ਤਾਰਨਹਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਗੁਰਪੁਰਬ ਜੋ ਕੱਲ੍ਹ ਸ਼ੁੱਕਰਵਾਰ ਨੂੰ ਹੈ ਜੀ, ਸੋ ਆਪ ਸਰਬੱਤ ਸੰਗਤਾਂ ਵੱਲੋਂ ਬੜੇ ਪਿਆਰ ਅਤੇ ਸਤਿਕਾਰ ਨਾਲ ਮਨਾਇਆ ਜਾਏਗਾ। ਬੇਨਤੀ ਹੈ ਜੋ ਇਸੇ ਤਰ੍ਹਾਂ ਹਮੋ ਮਾ ਕੇ ਗੁਰੂ ਘਰ ਵਿੱਚ ਪੁੱਛ ਕੇ ਗੁਰੂ ਘਰ ਤੋਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਧੰਨਵਾਦ ਹੈ ਦੇਵੀ ਹਰਦੀਪ ਕੌਰ ਜੀ ਦਾ ਜੋ ਆਪ ਕੀਰਤਨ ਦੁਆਰਾ ਨਿਆ ਕੀਤਾ, ਸਤਿਗੁਰੂ ਤਰ੍ਹਾਂ ਨੂੰ ਚੜ੍ਹਦੀ ਕਲਾ ਬਖਸ਼ੇ ਤਾਂ ਜੋ ਇਸ ਤਰ੍ਹਾਂ ਪੂਰਾ ਸਰਬੱਤ ਸ਼ਾਸਨ ਦੀ ਸੇਵਾ ਕੀਰਤਨ ਰਾਏ ਕਰਦੇ ਰਹਿਣ। ਸੋ ਇਸ ਸਮੇਂ ਭਾਈ ਬਲਦੇਵ ਸਿੰਘ ਜੀ ਸੌਥਾਲ ਵਾਲੇ ਆਪ ਜੀ ਨੂੰ ਠੀਕ 7:45 ਤੀਕ ਸ੍ਰੀ ਆਸਾ ਦੀਵਾਰ ਦੇ ਕੀਰਤਨ ਦੁਆਰਾ ਨਿਆ ਕਰਨਗੇ। ਇਹਨੇ ਬੇਨਤੀ ਪ੍ਰਵਾਨ ਕਰੀਆਂ ਪੁਲ ਚੁੱਕਾਂ ਫਤਿਹ ਦੀ ਪ੍ਰਵਾਨਗੀ ਬਖਸ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਰ ਤੇਰਾ ਸੇ ਰੂਹ
नानक कारण कथी जाय, गीता करण सर्व जाय मा
Thank you.
ਜਮੀ ਧਰਤੀ ਮਾਰ ਧਨ ਵਰਤਣ ਸਭ ਜੰਜਾਲ ਨਾਨਕ ਉਸੇ ਗਿਆਨ ਹੋਈ ਖਾਇ ਗਿਆ ਜਮਕਾਰ ਮਹੱਲਾ ਪਹਿਲਾ ਰੋਟੀਆਂ ਕਾਰਨ ਪੂਰੇ ਕਾਲਾ ਪਿਛੜੇ ਧਰਤੀ ਨਾਲ ਗਾਉਣ ਗੋਪੀਆਂ ਗਾਉਣ ਗਾਨ ਗਾਉਣ ਸੀਤਾ ਰਾਜੇ ਰਾਮ ਨਿਰਭਉ ਨਿਰਨਿਕਾਲ ਸਚ ਨਾਮ ਜਾ ਕਾ ਕੀਆ ਸਰਬ ਜਹਾਨ ਸੇਵਕ ਸੇਵੈ ਕਰਮ ਚੜਾਓ ਕਿੰਨੀ ਰਹਿਣ ਜਿਨਾ ਮਰਚਾ ਸਿੱਖੀ ਸਿੱਖਿਆ ਗੁਰੂ ਚਾਰਣ ਅਦਰੀ ਕਰਮ ਗਾਇ ਪਾਲ ਗੁਰੂ ਚਰਕਾ ਚੱਕੀ ਚੱਕ ਥਾਲ ਵਾਲੋ ਲੈ ਬਹੁਤ ਅਨੰਤ ਲੱਠ ਨੂੰ ਮਾਧਾਣੀਆਂ ਗਾ ਪੱਖੀ ਪਹੁੰਦਿਆਂ ਰਹਿਣ ਸਾ ਨਾਨਕ ਜਿਨ ਕਰਤੇ ਕਾਰਨ ਕੀਆ ਸੋ
ਹੋਰ ਜਾਤੀ ਜੇ ਸਿੱਖ ਹੋਇਆ ਹੋ ਤੂੰ ਕੋ ਸਿਆਣਾ ਮੁਖ ਕੀ ਸਾਰ ਨਾ ਜਾਣਾ ਹੋ ਮਾਇਆ ਉਚਾਇਆ ਹੋ ਮੈਂ ਕਰ ਕਰ ਜੰਤ ਪਾਇਆ ਹੋ ਮੈਂ ਤੁਝੇ ਤਾਕ ਸੁਝੇ ਗਿਆਨ ਨਾ ਕਥ ਕਥ ਨੂੰ ਜੈ ਨਾਨਕ ਤੋ ਕੋਈ ਲਿਖਿਆ ਨੇ ਜੇ ਹਾਂ ਵੇ ਤੇ ਤੇ ਆਵੇ ਮਹਲਾ ਦੂਜਾ ਹੋ ਮੈਂ ਇਹ ਹਾਂ ਜਲ ਹੈ ਹੋ ਮੈਂ ਕਰ ਕਮਾਏ ਹੋ ਮੈਂ ਇਹੀ ਬੰਨਾ ਫਿਰ ਫਿਰ ਜੋ ਨਹੀਂ ਪਾਏ ਹੋ ਮੈਂ ਕਿਥੋਂ ਜੇ ਕਿ ਸੱਜੇ ਮੇ ਜਾਏ ਹੋ ਮੈਂ ਹੁਕ ਮੈਂ ਪੈ ਕਿਤਰਾਏ ਹੋ ਮੈਂ ਦੀ ਲੋਕ ਹੈ ਦਾ ਨੀ ਸਮਾਏ ਕਿਰਪਾ ਕਰੇ ਜੇ ਆਪਣੀ ਤਾਂ ਮੁਕਾ ਸਭ ਕਮਾਏ ਨਾਨਕ ਸੁਣ ਚਲ ਪਾਏ ਮੂਰਖ ਮਨ ਦੇ ਪਤ ਗਵਾਏ ਨਾਮੇ ਕਿਸ ਥਾਏ ਨਾ ਪਾਏ
Thank you.
Thank you.
Thank you.
ਤੱਕ ਪਾ ਦਿੱਤੀ ਹੈ ਮਾਮਲੇ ਵਰਤੀ ਆਏ ਕੋਈ ਵਗੈਰਾ
Yeah.
अपना
Thank you.
ਸਮਾਇ ਕੋਮੀ ਨਾਨਕ ਅੰਦਰ ਜਾਪੀ ਕਤਾਬੇ ਪਰਵਾਨ ਆਪਣਾ ਸਤਿ ਰਤਨਾਇ ਮਾਨ ਇਕ ਨਾਮ ਕਰੀ ਤੇ ਜੀ ਇੱਕ ਵਿਚਰੇ ਵਿਚਾਰ ਆਪ ਦਰਾਇ ਕਰਿਆ ਕੋ ਕੈਸੇ ਕਿਰਪਾ ਨਾਨਕ ਕਰਨਾ ਜੀ ਕੀਆ ਫਿਰ ਤੁਸੀਂ ਕਰਣੀ ਸਾਹਾ ਖੁਸ਼ੀਆਂ 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 Oh,
Akal Murat Ajuni Sai
देख तेग पते बिंद की पैज पंथ
ਸ੍ਰੀ ਸਰਜ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਾ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੇ ਦਾਨ ਕੇ ਸਦਾਨ ਰਤ ਦਾਨ ਬਵੇਕ ਦਾਨ ਸਦਾਨ ਪਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰ ਜੀ ਦੇ ਇਸ਼ਨਾਨ ਚੌਂਕੀਆਂ ਚਾਂਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੇ ਮਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਔਰ ਗੁਰਦੁਆਰਿਆਂ ਗੁਰਤਾਵਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਦੀਵਾਨਿਆਂ ਦੇ ਮਾਣ ਦਿਤਾਣਿਆਂ ਦੇ ਤਾਣ ਨਿਓਟਿਆਂ ਦੇ ਔਰ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਹਜ਼ੂਰੀ ਵਿਖੇ ਅਰਦਾਸ ਬੇਨਤੀ ਹੈ ਸਤਿਗੁਰੂ ਆਪ ਜੀ ਨੇ ਕਿਰਪਾ ਕੀਤੀ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਸਰਬ ਸੰਤਾਂ ਨੂੰ ਖੁੱਲੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਕਰ ਰਹੇ ਹੋ ਆਪ ਜੀ ਦੇ ਹੁਕਮ ਅਨੁਸਾਰ ਅੰਮ੍ਰਿਤ ਵੇਲੇ ਤੇ ਦੀਵਾਨ ਸਜਿਆ ਸਜੇ ਦੀਵਾਨ ਵਿੱਚ ਗੁਰ ਸ਼ਬਦ ਬਾਣੀ ਗੁਰ ਸ਼ਬਦ ਕੀਰਤਨ ਸ੍ਰੀ ਆਸਾ ਦੀਵਾਨ ਦੇ ਕੀਰਤਨ ਸ੍ਰੀ ਅਨੰਦ ਸਾਹਿਬ ਗੁਰਮੁਖ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਅੱਖਰ ਵਾਦਾ ਕਾਟਾ ਭੁੱਲ ਚੁੱਕ ਮਾਫ਼ ਕਰਨੇ ਸਰਬਤ ਦੇ ਕਾਰਜ ਰਾਸ ਕਰਨੇ ਆਇਆਂ ਸੰਗਤਾਂ ਦੀ ਹਾਜ਼ਰੀ ਗਾਵਿਆ ਸੁਣਿਆ ਆਪਣੇ ਧਰਤੇ ਪ੍ਰਵਾਨ ਕਰਨਾ ਆਇਆ ਸੰਗਤਾਂ ਨੂੰ ਦਰਾਂ ਕਰੋ ਨਾਮ ਦਾਨ ਤੇ ਬਖਸ਼ਿਸ਼ ਨਾਮ ਬਾਣੀ ਨਾਲ ਪ੍ਰੇਮ ਪਿਆਰ ਨਿਤਨੇਮ ਦੇ ਦਾਤ ਗੁਰਮਤ ਮਾਰਗ ਤੇ ਚਲਣ ਦੀ ਸਮਰੱਥਾ ਬਖਸ਼ਣੀ ਜੇਤਾ ਸਮੁੰਦ ਸਾਗਰ ਨੀਰ ਪਾਰਿਆ ਤੇ ਔਗਣ ਮਾਰੇ ਦਇਆ ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ ਪੀਤਰ ਵਗੈ ਕਾਤੇ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖੋਵੈ ਦਿਨ ਰਾਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਹਜ਼ੂਰੀ ਵਿਖੇ ਜਿਨ੍ਹਾਂ ਜਿਨ੍ਹਾਂ ਗੁਰੂ ਪ੍ਰੇਮੀਆਂ ਵੱਲੋਂ ਕੜਾ ਪ੍ਰਸ਼ਾਦੀ ਦੇ ਲਈ ਮਾਇਆ ਭੇਟਾ ਕਰਾਉਂਦੇ ਅਰਦਾਸਾਂ ਬੇਨਤੀਆਂ ਕਰਾਉਂਦੇ ਹਨ ਸਰਬਤ ਦੀਆਂ ਬੇਨਤੀਆਂ ਆਪਣੇ ਅੰਦਰ ਤੇ ਪ੍ਰਵਾਨ ਕਰਨਾ ਹਨ ਸਰਬਤ ਦੀਆਂ ਮੁਸ਼ਕਲਾਂ ਆਸਾਨ ਕਰਨੀਆਂ ਦੁੱਖ ਦੂਰ ਕਰਨੇ ਨਿਰੋਗਤਾ ਬਖਸ਼ਣੀ ਗੁਰਸਿੱਖ ਪਰਿਵਾਰ ਵੱਲੋਂ ਪਰਿਵਾਰ ਦੀ ਸੁੱਖ ਸ਼ਾਂਤੀ ਅਤੇ ਦੁੱਖਾਂ ਦੀ ਨਿਵਰਤਣੀ ਗੁਰਸਿੱਖ ਪਰਿਵਾਰ ਵੱਲੋਂ ਪਰਿਵਾਰ ਦੀ ਸੁੱਖ ਸ਼ਾਂਤੀ ਲਈ ਸਰਦਾਰ ਗੁਰਮੀਤ ਸਿੰਘ ਦੇ ਦੁੱਖਾਂ ਦੀ ਨਿਵਰਤ ਲਈ ਪਰਿਵਾਰ ਵੱਲੋਂ ਅਰਦਾਸ ਬੇਨਤੀ ਕਰਾਉਂਦੇ ਕੜਾ ਪ੍ਰਸ਼ਾਦ ਦੇ ਲਈ ਮਾਇਆ ਭੇਟਾ ਕਰ ਦੇਣਾ ਆਪਣੇ ਅੰਤਰ ਤੇ ਪ੍ਰਵਾਨ ਕਰਨਾ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਕੇ ਕਰ ਨਾਮ ਤੇ ਮੇਰਾ ਮਨ ਤਨ ਸੀਤਲ ਹੋਏ ਸਰਦਾਰ ਮਨਮੋਹਨ ਸਿੰਘ ਦਾ ਸਪੁੱਤਰ ਸਰਦਾਰ ਗੁਰਬੀਰ ਸਿੰਘ ਦੀ ਕੁੜਮਾਈ ਬੀਬੀ ਨਿਰਦੀਪ ਕੌਰ ਸਪੁੱਤਰੀ ਸਰਦਾਰ ਮਨੋਹਰ ਸਿੰਘ ਨਾਲ ਹੋਈ ਹੈ ਸ਼ੁਕਰਾਨਾ ਕਰਦੇ ਹੋਏ ਦੋਨੋਂ ਪਰਿਵਾਰਾਂ ਵੱਲੋਂ ਕੜਾ ਪ੍ਰਸ਼ਾਦ ਜੀ ਦੇ ਲਈ ਮਾਇਆ ਭੇਟਾ ਕਰਦੇ ਹਨ ਆਪਣੇ ਦਰ ਤੇ ਪ੍ਰਵਾਨ ਕਰਨਾ ਦੋਨੋਂ ਪਰਿਵਾਰ ਵੱਲੋਂ ਪਰਿਵਾਰਾਂ ਵੱਲੋਂ ਆਪ ਜੀ ਦੇ ਹਜ਼ੂਰ ਸੁੰਦਰ ਮਾਲੇ ਭੇਟਾ ਕਰਦੇ ਹਨ ਆਪਣੇ ਅੰਦਰ ਤੇ ਪ੍ਰਵਾਨ ਕਰਨਾ ਕਿਰਪਾ ਕਰੀ ਦੋਨੋਂ ਪਰਿਵਾਰਾਂ ਦੀਆਂ ਸ਼ੁਭ ਭਾਵਨਾਵਾਂ ਪੂਰਨ ਕਰਨੀਆਂ ਕਾਰਜ ਰਾਸ ਕਰਨੇ ਹਰ ਪ੍ਰਕਾਰ ਦੀ ਰੱਖਿਆ ਸਹਾਇਤਾ ਕਰਨੀ ਸੁਭਾਗ ਝੜੀ ਦੇ ਸਿਰ ਤੇ ਆਪਣਾ ਮੇਹਰ ਭਰਿਆ ਰੱਖਣਾ ਗੁਰਸਿੱਖੀ ਵਾਲਾ ਜੀ ਨੂੰ ਬਖਸ਼ਿਸ਼ ਕਰਨਾ ਰਹਿੰਦੇ ਕਾਰਜ ਵਿੱਚ ਆਪ ਅਨਸਨ ਸਹਾਇ ਹੋਣਾ ਹਰ ਪ੍ਰਕਾਰ ਦੀ ਰੱਖਿਆ ਸਹਾਇਤਾ ਕਰਨੀ ਆਪ ਜੀ ਦੇ ਦਰ ਤੇ ਆਪ ਜੀ ਦੀ ਬਖਸ਼ਿਸ਼ ਦਾਤ ਵਿੱਚ ਔਕੜਾ ਪ੍ਰਸ਼ਾਦ ਜੀ ਦੇ ਗਾਸ ਰਹਿ ਆਪ ਜੀ ਦੇ ਦਰ ਤੇ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਕੜਾ ਪ੍ਰਸ਼ਾਦ
ਸਰਬ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਜੋ ਜੀ ਆਪ ਦੇ ਦਰ ਤੇ ਆਏ ਸੁਰਾ ਜੀ ਜਾਏ ਸਹੀ ਪਿਆਰੇ ਮਹਿਲ ਜਨਾਂ ਦੇ ਮਿਲਿਆ ਤਰਨਾ ਚਿਤੇ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਅਗਿਆ ਪ੍ਰੀ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਤੇ ਜੋ ਪ੍ਰਭ ਕੋ ਮਿਲ ਤੋਚ ਹੈ ਖੋਜ ਸ਼ਬਦ ਮਿਲੇ ਰਾਜ ਕਰੇਗਾ ਖਾਲਸਾ ਆਗੇ ਰਹੇ ਨਾ ਕੋਏ ਵਾਰ ਹੋਏ ਸਭ ਮਿਲਣਗੇ ਬਚੇ ਸ਼ਰਨ ਜੋਏ ਵਾਰ ਹੋਏ ਸਭ ਮਿਲਣਗੇ ਬਚੇ ਸ਼ਰਨ ਜੋ ਸਰਵਰ ਮੈਂ ਹੰਸ ਪ੍ਰਾਨ ਪਤ ਪਾਵੇ
ਵਾਹਿਗੁਰੂ ਜੀ ਕੀ ਫਤਿਹ।